ਪੈਸਾ ਪਿਆ ਡੇਢ ਲੱਖ ਅੱਜ ਕੱਪੜੇ ਵਿੱਚੋਂ ਦਾ ਗਰਮ ਬੋੜੀਏ ਵੈਲਕਮ ਟੂ ਬੈਕ ਮਾਏ ਤਕਰੀਬਨ ਨਿਊ ਵਲੌਗ ਜੀ ਗਾਇਜ਼ ਸੁਬਹ ਸੁਬਹ ਕਰਨਾ ਕਰੂੰਗੀ ਔਰ ਉਸ ਤੋਂ ਬਾਅਦ ਜੇ ਮੈਂ ਸਾਰੀ ਡਿਟੇਲ ਇਨਸ਼ਾਅੱਲਾ ਸ਼ੇਅਰ ਕਰਦਾ ਪਹਿਲੇ ਮੈਂ ਥੋੜ੍ਹਾ ਨਾ ਵਾਲ ਵੂਲ ਸੈੱਟ ਕਰ ਲਵਾਂ ਕਿਉਂਕਿ ਨਾ ਕਾਫੀ ਜੋ ਨਾ ਵਾਲ ਕੁੰਜਰਾਲੇ ਪਏ ਨੇ ਹਾਂਜੀ ਤੂੰ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਵਾਲੇਕੁਮ ਜੀ ਕੀ ਹਾਲ ਚਾਲ ਨੇ ਤਬੀਅਤ ਠੀਕ ਹੈ ਉਮੀਦ ਹੈ ਖੈਰ ਖਰੀਦ ਦੱਸੋ ਅਤੇ ਮੈਂ ਹਾਂ ਬਹਾਦਰ ਸ਼ੇਰ ਸਾਬਰੀ ਤੋ ਜੀ ਸੁਬਹਾ ਸੁਬਹਾ ਕਾ ਟਾਈਮ ਹੈ ਮੈਂ ਜੀ ਨਾ ਸੁਬਹਾ ਸੁਬਹਾ ਅੱਜ ਤਰੋਨਾ ਦਾਤੋਂ ਅਤੇ ਦੰਦਾਂ ਨੂੰ ਮਾਰਨੇ ਆ ਸਾਫ਼ ਕਰਨੇ ਆ ਦੰਦ ਤਜ਼ਕਰ ਦੰਦਾਂ ਸਾਫ਼ ਹੋਣ ਤਾਂ ਝਸ ਨਹੀਂ ਮੰਨਦੇ ਕਿਉਂਕਿ ਨਾ ਹਰ ਤਰ੍ਹਾਂ ਦੀ ਵਾਰੀ ਮੈਨੂੰ ਹਿੱਕ ਚਾਹੀਦੀ ਦਾਤਰੀ ਜਿਹਦੇ ਨਾਲ ਮੈਂ ਦਾਤਨ ਤੋੜਨਾ ਉਹ ਪਈ ਦਾਤਰੀ ਏ ਅੰਮੀ ਸਾਹਿਬਾ ਦਾਤਰੀ ਆਪਣੀ ਕਿਤੇ ਅੱਛਾ ਬੋਰੀਆਂ ਦੇ ਕੋਲ ਉਹ ਕਿੱਥੇ ਬਈ ਕਿੱਥੇ 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 ਬਈ ਪਤਾ ਨਹੀਂ ਕਿੱਥੇ ਗਈ ਅੰਮੀ ਆ ਲੱਭ ਗਈ ਅਲਹਮਦੁਲਿਲਾ ਜੀ ਦਾਤਰੀ ਕੀ ਮਿਲ ਔਰ ਮੈਂ ਜਿਹਨਾਂ ਹੁਣ ਭੱਜ ਕੇ ਜਾਵਾਂ ਅਤੇ ਦਾਤਨ ਬਣਾ ਕੇ ਜਾਵਾਂ ਕਿਉਂ ਮਾਂ ਜੀ ਹਾਂਜੀ ਅਤੇ ਕੱਲ੍ਹ ਜਿਹੜਾ ਖਪਰਾ ਜਾਣਾ ਇੱਥੇ ਪਿਆ ਸੀ ਯਾਨੀ ਕਿ ਜਿਹੜੀ ਕਣਕ ਨੂੰ ਕੀੜੀ ਲੱਗ ਜਾਂਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਪੰਜਾਬੀ 'ਚ ਖਪਰਾ ਜਾਂ ਸੁਸਤਰੀ ਇਹ ਦੋ ਤਿੰਨ ਨਾਂ ਜਿੰਨਾ ਹੈ ਨਾ ਅਤੇ ਬਕਾਇਆ ਮੁਰਗੀਆਂ ਖਾ ਰਹੀਆਂ ਨੇ ਮੈਂ ਜੀ ਸਾਹਮਣੇ ਆ ਗਿਆ ਦਾਤਨ ਵਾਲੀ ਜਗ੍ਹਾ 'ਤੇ ਯਾਨੀ ਕਿ ਕਿੱਕਰ 'ਤੇ ਕਿੱਕਰਾ ਤਰਕੜਾ ਹੋ ਜਾ ਮੈਂ ਸਮਾਂ ਜੀ ਤੋੜਾਂਗਾ ਦਾਤਨ ਅੱਜ ਇਹਨੂੰ ਜਿਹੜਾ ਉਹ ਆ ਜਾ ਭਾਈ ਆ ਜਾ ਕੰਡਾ ਲੱਗ ਗਿਆ ਜੀ ਹੁਣ ਜਿਹੜੇ ਇਹਦੇ ਸਾਰੇ ਕੰਡੇ ਲਾਉਂਦੇ ਹਾਂ ਅਤੇ ਉਸ ਤੋਂ ਰੇੜਾ ਮਿੱਟੀ ਤਾਂ ਸੱਟਦੇ ਯਾਰ ਆਹ ਲਿਮਣਾ ਥੋੜ੍ਹਾ ਹੀ ਗਰ ਠੀਕ ਹੈ ਓਕੇ ਅਲਹਮਦੁਲਿਲਾ ਜੀ ਦਾਤਨ ਵਗੈਰਾ ਆਲਰੇਡੀ ਤੋੜ ਲਿਆ ਹਾਂਜੀ ਤਾਂ ਅਲਹਮਦੁਲਿਲਾ ਜਾਣਾ ਦਾਤਨ ਮਾਰਨਾ ਸਟਾਰਟ ਕਰਤਾ ਅੱਲਾ ਕੀਤਾ ਅਤੇ ਪੰਜਾਂ ਮਿੰਟਾਂ ਬਾਅਦ ਜਿਹੜੇ ਦਾਂਤ ਨਾ ਇਹ ਬਿਲਕੁਲ ਫਰੈਸ਼ ਇੱਧਰ ਜੀ ਕੱਲ੍ਹ ਦੇ ਬਰਤਨ ਜਿਹੜੇ ਪਏ ਸਨ ਉਹ ਗਏ ਨੇ ਆ ਅਤੇ ਅੰਮੀ ਸਾਹਿਬਾਂ ਝਾੜੂ ਲਾਵਣ ਲਾ ਦਾਤਰੀ ਨੂੰ ਜੀ ਆਪਣੀ ਜਗ੍ਹਾ 'ਤੇ ਰੱਖ ਜਿੱਥੋਂ ਉਹਨੂੰ ਚੱਕਿਆ ਉੱਥੇ ਰੱਖ ਦਿੱਤਾ ਐਵੇਂ ਕਿਸੇ 'ਚ ਆ ਕੇ ਬਾਹਰ ਸੱਟੀਏ ਕੋਈ ਚਾਲ ਜਾਵੇ ਫਿਰ ਲੱਭਦੇ ਫਿਰੀਏ ਉਹ ਗੱਲ ਅੱਛੀ ਨਹੀਂ ਮਾਂ ਜੀ ਮੈਂ ਝਾੜੂ ਦੇ ਦਿੰਦਾ ਤੁਸੀਂ ਬਹਿ ਜਾਓ ਕਿਉਂ ਹਾਂ ਮੇਰੇ ਕੋਲ ਜਿਹਨਾਂ ਉਹ ਪੰਜਾਬੀ 'ਚ ਕਹਿੰਦੇ ਨੇ ਪੀਠ ਵਾਲੀ ਬੌਖਰ ਉਹ ਨਹੀਂ ਆਉਂਦੀ ਮੈਂ ਤਾਂ ਇੰਝ ਕਰਨਾ ਜਿਵੇਂ ਨਾ ਇੱਕ ਤਰ੍ਹਾਂ ਦੇ ਕੁਕੜੀਆਂ ਪੰਜੇ ਖਿਲਾਰਦੀਆਂ ਕਿਉਂ ਮਾਂ ਜੀ ਹਾਂਜੀ ਹਾਂਜੀ ਅਤੇ ਅੱਜ ਨਾ ਸਾਹਮਣੇ ਕਿੱਕਰ ਖੜਾ ਨਾ ਇਹਦੇ ਉਹ ਜੈਲੋ ਜੈਲੋ ਜਿਹੜੇ ਹੈਗੇ ਨਾ ਪੱਤਰ ਉਹ ਆਏ ਨੇ ਚੈੱਕ ਕਰੋ ਜੀ ਲਾਲੀ ਆਈ ਸੁਭਨਾ ਕਿੱਡੀ ਸੋਹਣੀ ਹੈ ਕਿੱਡੀ ਪਿਆਰੀ ਲੱਗ ਰਹੀ ਕਿਉਂ ਮਾਂ ਜੀ ਹੁਣ ਜਾਨਵਰ ਵੇਖਣ ਦਾ ਆਪਣਾ ਮਜ਼ਾ ਹਾਂਜੀ ਅਤੇ ਜੀ ਮੈਂ ਜਾ ਰਿਹਾ ਤਕਰੀਬਨ ਘਰ ਤੋਂ ਬਾਹਰ ਇੱਕ ਛੋਟਾ ਜਿਹਾ ਕੰਮ ਹੈ ਪਹਿਲੇ ਤਾਂ ਜੀ ਉਹ ਸਾਹਮਣੇ ਜਿਹੜਾ ਇਹ ਫਾਰਮ ਹੈ ਨਾ ਉੱਥੇ ਜਾਂਦੇ ਹਾਂ ਕੁਝ ਨਾ ਇੱਕ ਬੰਦਾ ਹੁਣ ਟੱਕਰਨਾ
ਕੋਈ ਛੋਟਾ ਜਿਹਾ ਕੰਮ ਹੈ ਤਕਰੀਬਨ, ਤੁਹਾਨੂੰ ਮੈਂ ਸ਼ੇਅਰ ਕਰਾਂਗਾ ਇਨਸ਼ਾਅੱਲਾ ਉੱਥੇ ਪਹੁੰਚ। ਹਾਂਜੀ, ਅਤੇ ਸਾਹਮਣੇ ਖੜਾ ਹੈ, ਇਹਨੂੰ ਕੀ ਸੱਦੇ ਨੇ, ਕੰਡਿਆਂ ਵਾਲੀ ਸਰਕਾਰ, ਕਿਉਂਕਿ ਸਾਡੇ ਵਾਲੇ ਨਾ ਕੰਡੇ ਹੀ ਕੰਡੇ ਨੇ ਬਸ, ਹੋਰ ਕੋਈ ਚੀਜ਼ ਨਹੀਂ। ਹੋਰ ਕੋਈ ਚੀਜ਼ ਹੋਵੇ ਜਾਂ ਨਾ ਹੋਵੇ, ਇੱਥੇ ਕੰਡੇ ਹੀ ਕੰਡੇ ਨੇ। ਵਿਕਾਸ ਜਿਹਨਾਂ ਕਾਫੀ ਸਾਰੀਆਂ ਬੂਟੀਆਂ ਹੈਗੀਆਂ ਨੇ ਜਿਨ੍ਹਾਂ 'ਤੇ ਕੰਡੇ ਨੇ, ਔਰ ਉਹ ਜਿਹਨਾਂ ਬਹੁਤ ਫਾਇਦੇਮੰਦ ਨੇ, ਇਹ ਨਹੀਂ ਫਾਇਦੇਮੰਦ ਨਹੀਂ ਨੇ। ਅਤੇ ਜੀ ਹੁਣ ਜਿਹਨਾਂ ਜਾ ਕੇ ਘਰ ਜਾਂਦੇ ਹਾਂ, ਤਕਰੀਬਨ ਇੱਥੋਂ ਹੋ ਕੇ ਜਾਵਾਂਗੇ, ਪਹਿਲਾਂ ਨਹੀਂ ਜਾਣਾ ਕਿਉਂਕਿ ਪੁੱਛਦੇ ਹਾਂ ਜਾ ਕੇ ਖਾਣਾ ਪੱਕਿਆ ਹੈ ਜਾਂ ਨਹੀਂ ਪੱਕਿਆ। ਖਾਣਾ ਤਾਂ ਲਗਨ ਖਾਣਾ ਨਾ, ਕਿਉਂਕਿ ਭੁੱਖ ਤਾਂ ਲੱਗ ਜਾਂਦੀ ਨਾ, ਰਾਤ 8-9 ਵਜੇ ਦਾ ਖਾਣਾ ਖਾਧਾ ਹੋਵੇ, ਸੁਬਹ 8-9 ਵਜੇ ਨੂੰ 12 ਘੰਟਿਆਂ ਬਾਅਦ ਖਾ ਰਹੇ ਹਾਂ ਭੁੱਖ ਤਾਂ। ਹਾਂਜੀ, ਤਾਂ ਸਾਹਮਣੇ ਨਾਲ ਬਾਈ ਸ਼ਫਕਤ ਸਾਹਿਬ ਹੋਰੀ ਸੁਬਹ ਸੁਬਹ ਸਾਨੂੰ ਪਾਣੀ ਪਿਲਾ ਰਹੇ ਨੇ, ਓਏ ਤੂੰ ਤਾਂ ਪਹਿਲੇ ਹੀ ਆ ਜਾ ਪਾਣੀ ਪੀਵਣ। ਲਓ ਜੀ, ਤਾਂਬੀਆ ਜਿੰਨਾ ਫੁੱਲ ਹੋਇਆ ਪਿਆ ਪਾਣੀ ਨਾਲ, ਤਕਰੀਬਨ ਨਾਲ ਮੈਂਡਰ ਇੱਧਰੋਂ ਭੈਂਸ ਆ ਗਈ ਲੱਗ ਕੇ। ਲਓ ਜੀ, ਤੁਹਾਡੇ ਅੱਗੇ ਪਾਣੀ ਆ ਗਿਆ, ਪੀਓ ਜਲਦੀ ਕਰੋ। ਹੋਰ ਰਾਜ ਸਾਹਿਬ, ਔਰ ਜੀ ਮਾਸ਼ਾਅੱਲਾ ਚੈੱਕ ਕਰੇ ਪਾਣੀ, ਅਲਹਮਦੁਲਿਲਾ ਭੈਂਸ ਜਲਦੀ ਜਲਦੀ ਪੀ ਰਹੀ ਹੈ। ਆਹਿਸਤਾ ਆਹਿਸਤਾ ਜੀ ਨਾ ਸਾਰੀਆਂ ਮੱਝਾਂ ਨੂੰ ਪਾਣੀ ਪਿਲਾਇਆ ਜਾ ਰਿਹਾ, ਕਿਉਂਕਿ ਨਾ ਤਕਰੀਬਨ ਇੱਕ ਤਾਂਬੀ ਹੈ, ਫਿਰ ਜਿਹੜਾ ਸਾਰੀਆਂ ਇਕੱਠੀਆਂ ਵੀ ਨਹੀਂ ਛੱਡ ਜਾਂਦੀਆਂ, ਕਿਉਂਕਿ ਮੈਂਡਰੇ 'ਚ ਤੁਹਾਨੂੰ ਪਤਾ ਕਿ ਪੱਕਾ ਤੁਹਾਨੂੰ ਫਰਜ਼ ਹੈ ਵਿੱਚ ਵੜ ਗਈਆਂ ਨਾ, ਅਤੇ ਬਾਹਰ ਨਿਕਲਣ ਦੇ ਵਿੱਚ ਨਾ ਬਹੁਤ ਮੁਸ਼ਕਿਲ ਬਣ ਜਾਣੀ ਹੈ, ਅਤੇ ਕੋਈ ਐਵੇਂ ਨੁਕਸਾਨ ਨਾ ਹੋਵੇ ਉਹਦੇ ਤੋਂ ਬਚਦਿਆਂ ਹੋਇਆਂ, ਇੱਕ ਇੱਕ ਛੱਡ ਕੇ ਇੱਥੇ ਬੱਠਲ 'ਤੇ ਪਿਲਾ ਕੇ ਔਰ ਵਾੜੇ ਡੋਏ ਜਾਂਦੇ ਪਏ। ਪਿਲਾ ਪਿਲਾ ਇਹਨੂੰ ਜੀ ਗਾਇਸ, ਕੁਝ ਜਿਹੜੀ ਮੱਝੀ ਨਾ ਉਹ ਵਿੱਚ ਵੜ ਗਈਆਂ ਨੇ, ਅਤੇ ਕੁਝ ਜਿਹੜੀ ਮੱਝੀ ਨਾ ਅਜੇ ਬਾਹਰ ਰੱਖ ਦਿੱਤੀਆਂ ਨੇ, ਇਹਨਾਂ ਨੂੰ ਵਿੱਚ ਪਾ, ਇਹਨਾਂ ਨੂੰ ਮੈਂਡਰ ਦੇ ਪਿਓ ਰੱਜ ਕੇ। ਹੈ ਸੁਣਾਓ ਜੀ ਬਾਬਾ ਜੀ, ਓ ਬਾਬਾ ਜੀ ਬਾਬਾ ਜੀ, ਚਲੋ ਜੀ ਚਲੋ ਜੀ ਚਲੋ ਜੀ ਚਲੋ ਜੀ ਚਲੋ ਜੀ, ਇੱਥੇ ਰੱਖ। ਸਾਹਮਣੇ ਦੇਖੋ ਜੀ, ਬੱਚਾ ਪੱਠੇ ਲੈ ਕੇ ਜਾ ਰਿਹਾ, ਇੱਧਰ ਕੰਮ ਦੇਖੋ ਇਹਦੇ, ਇਹ ਅਜੇ ਤੀਕਰ ਜਿੰਨਾ ਮਾਲ ਨੂੰ ਪਾਣੀ ਪਿਲਾਈ ਜਾਂਦਾ, ਉਪਰਾਲਾ ਪਾਣੀ ਪੂਣੀ। ਡੋਗੀ ਦੇ ਕੰਮ ਦੇਖੋ ਕਿ ਭੱਜ ਪੈਂਦਾ, ਆਉਂਦਾ ਵੀ ਮੈਂ ਬਸ ਬਾਹਰ ਹੀ ਆਉਣਾ, ਮੈਂ ਇੱਥੇ ਨਹੀਂ ਖਲੋਣਾ, ਔਰ ਜਿਹੜਾ ਇਹ ਡੋਗੀ ਹੈ ਨਾ, ਇਹ ਰੱਸੇ ਟੁੱਕ ਜਾਂਦੇ, ਯਾਨੀ ਕਿ ਨਾ ਇਹ ਤਲਿਹਾਰੇ ਵਗੈਰਾ ਨਾ, ਇਹ ਜਿਹੜੇ ਮੱਝਣ ਪਏ ਨੇ ਇਹ ਟੁੱਕ ਕੇ ਅਤੇ ਆਪ ਬਿਲਕੁਲ ਫਰਾਰ ਹੋ ਜਾਂਦੇ। ਸਿਰਫ ਔਰ ਸਿਰਫ ਆਖਰੀ ਭੈਂਸ ਰਹਿ ਗਈ ਬਕਾਇਆ, ਸਾਰੀਆਂ ਜਿਹਨਾਂ ਅਲਹਮਦੁਲਿਲਾ ਪਲਾ ਕੇ ਅਤੇ ਵਾੜੇ 'ਚ ਯਾਨੀ ਕਿ ਹਵੇਲੀ 'ਚ ਬੰਨ ਦਿੱਤੀ। ਚੈੱਕ ਕਰੋ ਜੀ ਬੱਚਾ ਕਿਸ ਤਰੀਕੇ ਨਾਲ ਸਕੂਲ ਜਾ ਰਿਹਾ, ਸਹੀ ਹੈ ਸਹੀ ਹੈ, ਅੱਪੜ ਜਲਦੀ ਅੱਪੜ ਨੇ ਛੁੱਟੀ ਹੋ ਜਾਣੀ ਜੀ। ਮਾਸ਼ਾਅੱਲਾ ਜੀ, ਚੰਗੀ ਕੜਕ ਧੁੱਪ ਨਿਕਲੀ ਹੋਈ ਜੀ। ਹਾਂਜੀ, ਅਤੇ ਇਹ ਜਿਹੜੀ ਮੱਝ ਨਾ ਇਹ ਯਾਨੀ ਕਿ ਸੇਲ ਕਰਨ ਵਾਲੀ ਹੈ, ਇਸ ਮੱਝ ਦਾ ਯਾਨੀ ਕਿ ਖਰੀਦਣਾ ਚਾਹਵੇ ਅਤੇ ਉਹ ਮੇਰਾ ਨੰਬਰ ਵਟਸਐਪ ਹੈ, ਉਹਦੇ 'ਤੇ ਰਾਬਤਾ ਕਰ ਲਵੇ। ਪਹਿਲੇ ਤਾਂ ਜੀ ਚਾਰ ਭਾਈ ਲੈ ਜਾਂਦੇ ਹਾਂ ਉਸ ਜਗ੍ਹਾ 'ਤੇ,
ਉੱਥੇ ਇਹਨਾਂ ਡਾਹ ਕੇ ਜੱਟ ਬਹਿੰਦੇ ਆ। ਉਹਦੀ ਰੀਜ਼ਨ ਇਹ ਕਿ ਹੋਰ ਕਿਤੇ ਛਾਂ ਕੋ ਨਹੀਂ, ਤੂਤ ਔਰ ਜੰਮੂ ਦੀ ਨਿੱਘੀ ਛਾਂ ਦੇ ਬਹਿੰਦੇ ਆ। ਅਤੇ ਚਲੋ ਜੀ ਮੋਟਰ ਚਲਾਊਂ ਜੀ ਸਾਹਮਣੇ, ਜਿਹੜਾ ਸਾਹਮਣਾ ਟੂਬਲ ਹੈ, ਹੁਣ ਜਲਦੀ ਜਲਦੀ ਚਲਾਉਂਦੇ ਹਾਂ, ਪਾਣੀ ਜਿਹੜਾ ਮੁੰਜੀ ਨੂੰ ਲਾਉਂਦੇ ਹਾਂ। ਪਹਿਲੇ ਤਾਂ ਜੀ ਮੀਟਰ ਦੇ ਯੂਨਿਟ ਚੈੱਕ ਕਰਾਂਗੇ, ਕਿਉਂਕਿ ਜਿਹੜੀ ਮੋਟਰ ਹੈ ਉਹ ਪਰਾਈ ਹੈ, ਯਾਨੀ ਕਿ ਨੱਕਾ ਬਦਲਾਂਗੇ, ਪਾਣੀ ਇੱਧਰ ਲਿਜਾਵਾਂਗੇ ਉਹ ਸਾਹਮਣੇ ਤਿਲਾਂ ਤੋਂ ਪਰਲੀ ਸਾਈਡ 'ਤੇ, ਉਹ ਤਕਰੀਬਨ ਜਿਹੜੀ ਜਵਾਰ ਖੁਦ ਬ ਖੁਦ ਆਟੋਮੈਟਿਕ ਲਾਈਟ ਚਲੀ ਜਾਵੇ ਔਰ ਫੌਰਨ ਦੋ ਤਿੰਨ 15-16 ਸਕਿੰਟਾਂ ਦੇ ਬਾਅਦ ਆਪੇ ਚੱਲ ਪੈਂਦੀ। ਔਰ ਮੈਂ ਜਿਹੜਾ ਹੁਣ ਪਾਣੀ ਪੀ ਲਵਾਂ, ਪਿਆਸ ਜਿਹੜਾ ਮੈਨੂੰ ਕਾਫੀ ਸਾਰੀ ਲੱਗੀ ਪੈਂਦੀ। ਉਹ ਜੀ ਉੱਧਰੋਂ ਜਿਹੜਾ ਬੰਨਣ ਗਿਆ ਡੇਲਾ ਪਾਣੀ, ਉਹ ਪਰਲੀ ਸਾਈਡ ਨਾ ਜਾਵੇ। ਅਲਹਮਦੁਲਿਲਾ ਜੀ ਪਾਣੀ ਵਗੈਰਾ ਲਾ ਲਿਆ ਔਰ ਹੁਣ ਜਿਹੜਾ ਸੀਜ਼ਨ ਝੱਟ ਮੈਂ ਬਹਿਨਾ, ਕਿਉਂਕਿ ਨਾ ਲੇਟ ਕਬ ਸਾਰੀ ਹੋ ਗਈ, ਤਕਰੀਬਨ 7 ਵਜੇ ਦਾ ਮਗਰੋਂ ਨਿਕਲਿਆ ਔਰ 8 ਵਜੇ ਜੀ ਗਾਇਸ ਅਲਹਮਦੁਲਿਲਾ ਇੱਥੇ ਜਿਹੜਾ ਕਾਫੀ ਚਿਰ ਬੈਠਾ ਰਿਹਾ, ਲੇਕਿਨ ਕੁਛ ਦਿਨ ਝੱਟ ਬੈਠਾ ਰਿਹਾ, ਤਕਰੀਬਨ ਜੀ ਇੱਥੇ 9 ਵਜੇ ਤੱਕ ਬੈਠਾ ਰਿਹਾ। ਔਰ ਹੁਣ ਜਿੰਨਾ ਜਾਂਦੇ ਹਾਂ ਘਰ, ਆਪਣਾ ਜਿਹੜਾ ਖਾਣਾ ਵਗੈਰਾ ਨਾ ਉਹ ਖਾਂਦੇ ਹਾਂ, ਕਿਉਂਕਿ ਭੁੱਖ ਢਿੱਡ ਵਿੱਚ ਬੜੀ ਆਈ ਹੋਈ ਹੈ, ਕਹਿੰਦੀ ਵੀ ਅੱਜ ਆ ਕੱਲ੍ਹ ਨਹੀਂ ਆ। ਅਲਹਮਦੁਲਿਲਾ ਜੀ ਘਰ ਆ ਗਿਆ, ਅੰਮੀ ਸਾਹਿਬਾਂ ਅਤੇ ਇੱਧਰ ਵਈ ਰੋਟੀਆਂ ਹੁਣ ਪਕਾਉਂਦੀ ਪਈ ਹੈ, ਮੈਨੂੰ ਤੁਸੀਂ ਸੁਬਾਹ ਦੀ ਆਵਾਜ਼ਾਂ ਮਾਰ ਮਾਰ ਕੇ, ਲੇਕਿਨ ਰੋਟੀਆਂ ਤੁਸੀਂ ਆਪਣੀਆਂ ਹੁਣ ਪਕਾ ਰਹੇ ਹੋ। ਭੁੱਖ ਲੱਗੀ ਹੋ, ਇਹ ਦੋਨੋਂ ਜ਼ਿਆਦਤੀ ਨਾ ਬੌਸ ਕਿ ਤੁਸੀਂ ਸਾਨੂੰ ਐਵੇਂ ਸਾਧ ਮਾਰ ਰੱਖੋ। ਕਿੱਧਰ ਪੱਕੀ ਪਈ? ਮਾਸ਼ਾ ਅੱਲਾ ਜੀ, ਹਾਏ ਹਾਏ ਰੋਟੀ ਅਤੇ ਫਰਿੱਜ ਜਿੰਨਾ ਸਾਲਨ ਚਾਹੁੰਦੇ ਹਾਂ, ਜਿਹੜਾ ਨਾ ਗਰਮ ਕਰਨਾ ਅਤੇ ਠੰਡਾ ਸਾਲਨ ਖਵੀਂਦਾ ਨਹੀਂ। ਦੋ ਕੋਲੀਆਂ ਹੈਲੋ ਜੀ ਮਾਸ਼ਾਅੱਲਾ ਜੀ, ਕਿੱਡੀ ਸੋਹਣੀ ਰੋਟੀ, ਹਾਏ ਹਾਏ ਕਮਾਲ ਲਜ਼ੀਜ਼ਾ, ਗਰਮ ਬੋੜੀ ਹੈ ਔਰ ਮਾੜੀ ਜੀ ਨਾ ਸੜ ਵੀ ਗਈ ਹੈ, ਇਹ ਮਾਜ ਕੀ ਕੀਤਾ ਜੇ ਗਰਮ ਹੈਗੀ ਸੀ ਨਾ, ਅਤੇ ਉਹ ਇਸ ਵਜ੍ਹਾ ਜਿਹੜਾ ਸੜ ਗਈ। ਅਤੇ ਬਕਾਇਆ ਜੀ ਹੁਣ ਜਿਹੜਾ ਆਪਣੇ ਅੰਦਰ ਬਹਿੰਦੇ ਜੀ ਮਾਂ ਜੀ, ਹਾਂਜੀ ਮਾਂ ਜੀ, ਅੱਛਾ ਜੀ ਚੈੱਕ ਕਰੋ ਜੀ ਕਵਿਆਂ ਦੇ ਕੰਮ, ਇਹ ਵੀ ਇੱਥੇ ਆ ਕੇ ਬੈਠੇ ਨੇ, ਕਹਿੰਦੇ ਨੇ ਅਸੀਂ ਵੀ ਖਾਣਾ ਖਾਣਾ, ਵਕਤ ਸਾਨੂੰ ਵੀ ਦੇ ਦੇ। ਆ ਜਾਓ ਬਈ, ਆ ਜਾਓ ਆ ਜਾਓ ਆ ਜਾਓ, ਕਿਉਂ ਜੀ ਉਹਨੇ ਕਹਿੰਦੇ ਤੁਸੀਂ ਇੱਥੇ ਜਿਹੜਾ ਥੱਲੇ ਵਾਲੀ ਸਫਾਈ ਕੋਈ ਹੋਈ ਹੋਈ, ਉਹਦੀ ਵਜ੍ਹਾ ਇਹ ਕਿ ਅੱਜ ਇਹਨੇ ਸਫਾਈ ਸਫੂਈ ਕੋਈ ਕੀਤੀ, ਬਸ ਪਹਿਲੇ ਨਾਸ਼ਤਾ ਬਣਾਇਆ ਔਰ ਉਸ ਤੋਂ ਬਾਅਦ ਇਹਨੇ ਸਫਾਈ ਆਰਾਮ ਸਕੂਨ ਕਰਾਂਗੇ, ਕਿਉਂ ਮਾਂ ਜੀ? ਹਾਂਜੀ ਮਾਂ ਜੀ, ਚਲ ਚੰਗਾ ਕੀਤਾ ਜੀ, ਕੱਪੜੇ ਜਿੰਨਾ ਜੀ ਅਲਹਮਦੁਲਿਲਾ ਬੀਜੇ ਪਏ ਨੇ,
ਐ ਤੁਸੀਂ ਚੈੱਕ ਕਰੋ। ਦੋਤੇ ਹੋ ਤਾਂ ਪਾ ਕੋਣੀ ਮਾਂ ਜੀ, ਦੋਤੇ ਹੋਰ ਕਿਹੜੇ ਪਹਿਨੇ ਹੋਏ ਹੈਗੇ ਨੇ ਤੁਹਾਨੂੰ? ਕਿਹਦੇ ਪਹਿਨੇ? ਅਲਮਾਰੀ। ਚਲੋ ਕੋਣੀ, ਇਹ ਜਿਹੜਾ ਹੌਲਾ ਸੂਟ ਹੈ। ਨਹੀਂ ਉਹ ਵੀ ਹੌਲਾ। ਨਹੀਂ ਮਾਂ ਜੀ, ਬੜਾ ਉਹ ਇਹਨੇ ਨਾ ਵਾਵਾ ਹੈ, ਮੈਂ ਦੋ ਦੇਖਾਂ ਇੱਕ ਵਾਰ। ਹਾਂਜੀ ਹਾਂ, ਚਲੋ ਠੀਕ ਹੈ। ਉਹ ਇਹਨੇ ਨਾ ਇੱਕ ਵਾਰੀ ਜਨ ਆਰਾਮ ਸਕੂਨ ਨਾਲ ਧੋ ਲੋ। ਮੈਂ ਤੁਹਾਨੂੰ ਇਹ ਜਨ ਡਰੈਸ ਚੇਂਜ ਕਰ ਦਿੰਦਾ। ਹਾਂ ਠੀਕ ਹੈ ਠੀਕ ਹੈ। ਉਹ ਦੂਸਰਾ ਨਾ? ਹਾਂਜੀ ਦੂਏ ਕੱਪੜੇ ਪਾ ਲਾ ਨਾਲ। ਠੀਕ ਹੋ ਗਿਆ ਜੀ। ਤੇ ਨਾਸ਼ਤਾ ਕਰ ਲਵੀਏ। ਹਾਂਜੀ ਤੇ ਮੁੜ ਆਪਾਂ ਨਾ ਕੋਈ ਮੈਡਰ ਤੇ ਦੋ ਦਿਖਾਂ। ਹਾਂਜੀ ਕੋਈ ਘਰ ਦੋ। ਹਾਂਜੀ ਤੇ ਨਾ ਕੁਛ ਮੈਡਰ ਤੇ ਦੋ ਲਵਾਂ, ਕਿਉਂਕਿ ਨਾ ਜਿਹੜਾ ਜ਼ਿਆਦਾ ਪੰਪ ਵੀ ਨਹੀਂ ਚਲਾਉਣਾ, ਇਹ ਨਾ ਹੋਵੇ ਕਿ ਬਿੱਲ ਮੋਟੁੱਕਾ ਪਵੇ। 14-15 ਹਜ਼ਾਰ ਉਹਦੇ ਬਚਣ ਲਈ ਅਸੀਂ ਜਿਹਨਾਂ ਹੁਣ ਫਿਰ ਮੈਡਰ ਤੇ ਜਿਹੜਾ ਨਾ ਸੂਟ ਦੇਵਾਂਗੇ ਇਸ ਤਰੀਕੇ ਨਾਲ। ਮਾਂ ਜੀ ਮੈਂ ਜਿਹੜਾ ਚਾਰ ਪਾਈ ਵੀ ਜਿੰਨਾ ਅੰਦਰ ਡਾ ਲਵਾਂ ਅਤੇ ਡੇਜਕੀ ਨੂੰ ਆਪਣੀ। ਹਾਂਜੀ ਅਤੇ ਆਪਣਾ ਦਾ ਕੱਵੇ ਲਾ ਕੇ ਗਏ ਨੇ ਮਾੜੀ ਜੀ ਰੋਟੀ ਨੂੰ। ਇਹ ਦੇਖੋ ਅਰਗੇਸ ਲਾ ਗਏ ਨੇ ਅਮੀਜ਼ਾਨ, ਇਹ ਤੋਂ ਜਿੰਨਾ ਥੋੜ੍ਹੀ ਜੀ ਲਾ ਕੇ ਸਾਡ ਦੇ। ਇਹ ਹੁਣ ਆ ਕੇ ਚੱਕ ਲਓ, ਆ ਜਾਓ ਆ ਜਾ ਓਏ ਆ ਜਾ। ਇੱਕ ਤਾਂ ਪਤਾ ਨਹੀਂ ਕੀ ਰੋਲਾ, ਸਾਰੇ ਮੇਰੇ ਕੋਲ ਡਰਨ ਲੱਗ ਪੈਂਦੇ ਨੇ। ਕਿਉਂ ਮਾਂ ਜੀ? ਇਹ ਮੋਬਾਈਲ ਵੇਖ ਕੇ ਨਾ ਅਸਲ 'ਚ ਨਾ ਉਹਦੇ ਸਾਹਮਣੇ ਸ਼ੀਸ਼ਾ ਲੱਗਿਆ ਨਾ, ਅਤੇ ਉਹ ਜਿਹੜਾ ਕੁਛ ਚਿਲਕੋਰ ਪਾਉਂਦੀ ਹੈ ਅਤੇ ਉਹ ਵੱਜ ਜਾਂਦੇ ਨੇ ਅੱਜ। ਮਾਸ਼ਾਲਾ ਮਾਸ਼ਾਲਾ, ਪਰਸੋਂ ਪਹਿਲੇ ਬੜਾ ਇੰਤਜ਼ਾਰ ਸੀ ਇੱਕ ਘੜੀ ਦਾ, ਉਹ ਘੜੀ ਆ ਗਈ। ਚੈੱਕ ਕਰੋ ਜੀ ਕਿੱਡਾ ਮਾਸ਼ਾਲਾ ਖੂਬਸੂਰਤ ਫੁੱਲ ਅੱਲਾ ਕੀਤਾ ਨਿਕਲ ਆਇਆ ਹੈ। ਹੁਣ ਉਮੀਦ ਲੱਗ ਪਈ ਅੱਲਾ ਕੀਤੀ ਕਿ ਫੁੱਲ ਵਗੈਰਾ ਜਿੰਨਾ ਸਭ ਹੋ ਜਾਣੇ ਨੇ, ਸਾਰੇ ਹੋ ਜਾਣੇ ਨੇ, ਔਰ ਜਿੰਨਾ ਜਿਵੇਂ ਜਿਵੇਂ ਜ਼ਿਆਦਾ ਜ਼ਿਆਦਾ ਹੁੰਦੇ ਗਏ ਉਵੇਂ ਉਵੇਂ ਇਸ ਦੀਵਾਰ 'ਤੇ ਹੋਰ ਹੋਰ ਕਰਦੇ ਜਾਵਾਂਗੇ ਬੋਤਲਾਂ ਲਾ ਕੇ ਅਤੇ ਜ਼ਿਆਦਾ ਜ਼ਿਆਦਾ। ਕੀ ਹੋਇਆ ਕੌਣ ਸਾਰਾ ਉਹਨੇ? ਉਹ ਪਾਜਾ ਉਹ ਪਾਜਾ ਬਾਈ, ਸਾਨੂੰ ਖਾਵਣ ਦੀ ਕੋਈ ਸ਼ਾਇਦ ਨਹੀਂ, ਸਾਨੂੰ ਵੀ ਖਾਵਣ ਦੇ ਬਾਅਦ ਜਦੋਂ ਤੁਹਾਡੀ ਵਾਰੀ ਹੈ ਤੁਹਾਨੂੰ ਵੀ ਦੇਵਾਂਗੇ। ਔਰ ਜੀ ਇਹ ਜਿੰਨਾ ਤਕਰੀਬਨ ਰੋਟੀਆਂ ਨੇ ਰੁਖੀਆਂ, ਬਕਾਇਆ ਕਿਉਂ ਲੱਗਿਆ ਸੀ। ਅਲਹਮਦੁਲਿਲਾ ਜੀ ਖਾਣਾ ਵਗੈਰਾ ਖਾ ਲਿਆ, ਯਾਨੀ ਕਿ ਨਾਸ਼ਤਾ ਕਰਦੇ ਪਿਆ, ਮੈਂ ਖਾਵਣ ਨੂੰ ਪਿਆ ਖਾਣਾ। ਕਿਉਂ ਮਾਂ ਜੀ? ਅਤੇ ਅੰਮੀ ਜਾਣ ਕੇ ਵੀ ਨਾਸ਼ਤਾ ਆ ਗਿਆ, ਮੇਰੇ ਅੱਗੇ ਵੀ ਆ ਗਿਆ ਜੀ, ਬਤਾਊਆਂ ਤਾਂ ਸਾਲ ਨੇ ਖਾਣਾ ਚਾਹੁੰਦੇ ਸੀ ਜੀ। ਆਓ ਸਤਿ ਬਿਸਮਿਲ੍ਲਾ ਜੀ, ਸਭ ਬਿਸਮਿਲ੍ਲਾ ਜੀ, ਮਿਲ ਕੇ ਖਾਂਦੇ ਹਾਂ, ਇਕੱਠੇ ਖਾਂਦੇ ਹਾਂ। ਆ ਜਾਓ ਜੀ। ਜੀ ਨਾਜ਼ਰੀਨ ਮਾਸ਼ਾਅੱਲਾ ਹੁਣ ਆ ਗਈ ਚਾਏ, ਤਕਰੀਬਨ ਖਾਣਾ ਖਾਣ ਤੋਂ ਬਾਅਦ ਮਿਲਣਾ ਚਾਹੁੰਦੇ ਤਾਂ ਆਓ ਜੀ ਸਤਿ ਬਿਸਮਿਲ੍ਲਾ ਜੀ, ਅੰਮੀ ਜਾਨ ਦੇ ਹੱਥਾਂ ਦੀ ਮਿੱਠੀ ਮਿੱਠੀ ਚਾਏ। ਤਕਰੀਬਨ ਨਾ ਚਾਏ ਵਗੈਰਾ ਪੀ ਕੇ ਔਰ ਉਸ ਤੋਂ ਬਾਅਦ ਹੁਣ ਠੀਕ ਹੈ ਆਪਣੇ ਕੱਪੜੇ ਸਾਫ ਕਰਨ ਲਈ। ਲਓ ਜੀ ਇੱਧਰ ਅੰਮੀ ਸਾਹਿਬਾਂ ਕੱਪੜਿਆਂ ਦੀ ਦੇਖ ਲਓ। ਮਾਂ ਜੀ ਮੈਡਰ ਤਾਂ ਨਹੀਂ ਤੋਰੇ? ਨਹੀਂ ਬੈਠਾ ਲੋਕ ਬੜੀ, ਮੈਡਰ ਤਾਂ ਬੈਠਾ ਨਹੀਂ ਲੋਕ ਬੜੀ ਇੱਥੇ ਘਰੇ ਧੋ ਲੈਂਦੇ ਹਾਂ। ਔਰ ਅੱਜ ਇਹਨਾਂ ਕੱਪੜਿਆਂ ਦਾ ਢੇਰ ਲੱਗਿਆ ਪਿਆ, ਢੇਰ ਲੱਗਿਆ ਅੱਜ ਕੱਪੜੇ ਵੀ ਚੁੱਕ ਖਾਣ ਦਾ, ਧੁੱਪ ਵੀ ਚੜ ਗਈ, ਦੋ ਤਾਂ ਦੁਰੀ ਜੇ ਤਾਂ ਕੋਈ ਨਹੀਂ। ਹਾਂਜੀ ਕੰਮ ਮੰਗਿਆ ਤਾਂ ਬੱਜੇ ਫਿਰ। ਹਾਂਜੀ ਹਾਂਜੀ ਚੈੱਕ ਕਰ ਥੱਲੇ ਮੈਂ ਅੱਜ ਕੱਲ੍ਹ
ਕਿਉਂ ਕਹਿੰਦਾ ਜੀ ਅਸੀਂ ਬਰਤਨ ਸਾਫ ਕਰਨੇ ਹਨ ਜਾਂ ਫਿਰ ਕੱਪੜੇ ਸਾਫ ਕਰਨੇ ਹਨ, ਅਸੀਂ ਇੱਥੇ ਬਹਿ ਕੇ ਆਰਾਮ ਸਕੂਨ ਨਾਲ ਕਰ ਲੈਂਦੇ ਹਾਂ। ਸਾਨੂੰ ਇਹਦੀ ਛਾਂ ਵੀ ਮਿਲ ਜਾਂਦੀ ਹੈ ਔਰ ਪਾਣੀ ਵੀ ਜਿੰਨਾ ਉਹ ਮਿਲ ਜਾਂਦਾ। ਪੰਪ ਚਲਾਵਾਂਗੇ, ਪੰਪ 'ਤੇ ਜਾਣ ਦੇਣਾ ਪਾਣੀ। ਇਸ ਕੱਪੜਿਆਂ ਨੂੰ ਜਿੰਨਾ ਸਾਬਣ ਵਗੈਰਾ ਲਗਾ ਲਿਆ, ਸਭ ਕੁਝ ਜਿੰਨਾ ਲੱਗ ਗਿਆ ਅਤੇ ਪੰਪ ਚਲਾਉਂਦੇ ਹਾਂ ਅਤੇ ਪਾਣੀ ਜਿੰਨਾ ਕੱਪੜੇ ਧੋ ਕੇ ਅਤੇ ਫਿਰ ਜਿੰਨਾ ਇਹਨਾਂ ਨੂੰ ਐਸ ਲਾਂ 'ਤੇ ਪਾਉਂਦੇ ਹਾਂ। ਹਾਂਜੀ, ਅਤੇ ਪੰਪ ਦਾ ਬਟਨ ਔਨ। ਮਾਂ ਜੀ ਪੰਪ ਚੱਲ ਗਿਆ। ਚਲੋ ਜੀ, ਸ਼ੁਕਰੀਆ। ਪਹਿਲੇ ਜੇ ਅਸੀਂ ਤਰੀਕੇ ਨਾਲ ਪੈਰ ਵੀ ਸਭ ਸਾਫ ਕੀਤੇ ਨੇ ਅਤੇ ਉਸ ਤੋਂ ਬਾਅਦ ਕੱਪੜੇ। ਹਾਂਜੀ ਹਾਂਜੀ, ਕਿਉਂਕਿ ਚੰਦ ਤਦਾਵੀਰ ਅਖਤਿਆਰ ਬੰਦਾ ਕਰ ਲਵੇ ਨਾ ਅਤੇ ਸੱਟ ਲੈਂਦਾ। ਓਹ ਦਰਿਆ ਕਿਤੇ ਗਿਆ, ਦਰਿਆ ਦਰਿਆ ਨੂੰ ਸੱਟ, ਦਰਿਆ ਓ ਦਰਿਆ ਦਰਿਆ ਇਹਨੂੰ ਖਿੱਚੋ ਨਾ, ਪਰਾਂ ਥੋੜ੍ਹਾ ਖਿੱਚੋ, ਪਿੱਛੇ ਵੱਟ ਪੈ ਖੜੇ ਨੇ। ਮਾਂ ਜੀ ਇਹਨੂੰ ਥੋੜ੍ਹਾ ਪਰਾਂ ਖਿੱਚਣ ਪੈ ਲੋਗੇ, ਬਸ ਠੀਕ। ਔਰ ਮੇਰੇ ਪਕੜਾਓ, ਮੈਂ ਪਾਣੀ ਪਕੜਾਓ। ਹਾਂ, ਮੰਮੀ ਸਾਹਿਬ ਭੇਜ ਰਹੀ ਕਿਉਂਕਿ ਅਗਲਾ ਤਾਂ ਦੌਰ ਗਿਆ ਗਰਮੀ ਦਾ, ਹੁਣ ਸਰਦੀਆਂ ਵਿੱਚ ਨਾ ਵਿੰਟਰ ਹੋ ਗਿਆ ਵਾਸਤਾ। ਕੋਈ ਨੀ ਮਾਂ ਜੀ, ਇੱਕ ਡੇਢ ਮਹੀਨਾ ਰਹਿ ਗਿਆ ਕੋਈ। ਹਾਂ ਕੱਚਾ ਪਿੱਲਾ ਨਾ, ਅਤੇ ਰਾਤ ਨੂੰ ਜੀ ਮੈਨੂੰ ਹੋ ਗਿਆ ਸੀ ਜ਼ੁਕਾਮ ਨਜ਼ਲਾ। ਮੈਂ ਕਹਿੰਦਾ ਵੀ ਹੋਏ ਮੈਨੂੰ ਇੰਨੀ ਕੁ ਹੋਇਆ ਇਹਨਾਂ ਨਜ਼ਲਾ ਰਾਤ ਨੂੰ, ਫਿਰ ਮੈਂ ਜਿੰਨਾ ਕਮਰੇ ਦੇ ਅੰਦਰ ਸੁੱਤਾ, ਬਾਹਰ ਨਹੀਂ ਸੁੱਤਾ। ਹਾਂਜੀ ਅੱਜ ਇੰਨੇ ਕੁ ਸੂਟ ਰਹਿੰਦਾ ਵੀ ਗੱਲ ਛੱਡ ਦਿਓ, ਤਕਰੀਬਨ ਐਲਾਨ ਲੈਣ ਮਾਰਾ ਲਾਂ ਜੀ ਬਿਲਕੁਲ ਫੁੱਲ ਹੋਏ ਪਈ ਹੈ। ਅਤੇ ਅਜੇ ਤੱਕ ਵੀ ਜਿੰਨਾ ਤਾਂ ਵੀ ਇਹ 'ਚ ਕੱਪੜੇ ਪਏ ਨੇ ਜੀ। ਗਾਇਸ ਇਸ ਵਲੋਗ ਵਿੱਚ ਕਰਨੇ ਐਂਡ, ਅਤੇ ਨੈਕਸਟ ਵਲੋਗ ਵਿੱਚ ਮਿਲਾਂਗੇ ਇਨਸ਼ਾਅੱਲਾ ਕਿਸੇ ਵਲੋਗ ਘਰ ਆ ਕਰ ਦੇਣੇ ਕੇ ਲੀਏ ਆਪਣਾ ਪੋਸਟ ਰੱਖਿਆ ਰਹਿਣਾ, ਤਬ ਤੁਮ ਰਾਵਾਂ 'ਚ ਜ਼ਰੂਰ ਯਾਰ ਨਾ, ਤਬ ਤੱਕ ਲਈ ਅੱਲਾ ਹਾਫਿਜ਼। ਤੋ ਜਦੋਂ ਜਾਣਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਇਕਨ ਦਬਾ ਕੇ ਫਿਰ ਜਾਣਾ, ਐਵੇਂ ਨਹੀਂ ਜਾਣਾ।